इंसान भी बहुत ही गर्मी च दिक्कत आती है, बिल्कुल उसी तरह पशुओं भी यही प्रॉब्लम हैगी। खासकर असी गल करिए कुत्तियां दी, सो असी देख सकते हैं कुत्तियां दे वाल ही नहीं होंदे हैं, सो इन्नी फर होंदी है तो इन्हां नूं ज़्यादा गर्मी लगती है। जिदा इंसान नूं पसीना आता गर्मी दे विच, सो कुत्तियां नूं पसीना नहीं आता। सो इन्हां दे विच की होंदा है कि जिदा तुसी देख सकते हो इहदे मूंह ते देखो, ये गर्मी अपनी पेंटिंग कहिंदे आ, इहनूं जीव बाहर कढ़ के ये अपनी शरीर की गर्मी पेंटिंग दे नाल कढ़दे आ बाहर। ठीक है जी, गर्मी लगती है डॉग नूं जदों सिम्पटम्स देने शुरू करता है, मेन दिक्कत की आउंदी हुंदी है? हाँ जी, जे ज़्यादा गर्मी हैगी ਤੁਹਾਡਾ ਡੋਗ ਉਹਨੂੰ ਕੰਟਰੋਲ ਨਹੀਂ ਕਰ ਪਾ ਰਿਹਾ ਤੁਸੀਂ ਗਰਮੀ 'ਚ, ਅਤੇ ਜੋ ਮੇਨ ਸਿਮਟਮ ਆਏਗਾ ਉਹ ਸਭ ਤੋਂ ਪਹਿਲੇ ਸਿਮਟਮ ਆਏਗਾ ਪੈਂਟਿੰਗ ਦੀ ਪ੍ਰੋਬਲਮ ਰਹੇਗੀ, ਮੂੰਹ ਖੋਲ੍ਹ ਕੇ ਸਾਹ ਲਊਗਾ, ਉਹਨੂੰ ਸਾਹ ਲੈਣਾ ਔਖਾ ਹੋਊਗਾ। ਦੂਜੀ ਚੀਜ਼ ਹੈ ਜੇ ਤੁਸੀਂ ਉਹਨੂੰ ਟਾਈਮ ਸਿਰ ਗਰਮੀ ਤੋਂ ਬਾਹਰ ਨਹੀਂ ਕੱਢਿਆ, ਉਹਨੂੰ ਪ੍ਰੋਪਰ ਪਾਣੀ ਨਹੀਂ ਦਿੱਤਾ ਠੰਡਾ ਪੀਣ ਦੇ ਲਈ, ਸੋ ਉਹ ਜ਼ਿਆਦਾ ਡੀਹਾਈਡਰੇਸ਼ਨ 'ਚ ਆਏਗਾ ਜਿਹਦੇ ਕਰਕੇ ਕਿ ਉਹਨੂੰ ਬੇਹੋਸ਼ ਵੀ ਹੋ ਸਕਦਾ, ਈਵਨ ਕਿ ਦੌਰੇ ਵੀ ਪੈ ਸਕਦੇ। ਆਪਾਂ ਦੇਖਿਆ ਕਿ ਲੋਕ ਕੁੱਤਿਆਂ ਨੂੰ ਕਈ ਵਾਰ ਐਕਸਰਸਾਈਜ਼ ਕਰਨ ਲਈ ਲੈ ਕੇ ਜਾਂਦੇ ਹਨ, ਬਾਹਰ ਖੇਡਣ ਲਈ ਜਾਂ ਚੱਲਣ ਲਈ ਲੈ ਕੇ ਜਾਂਦੇ ਹਨ। ਸੋ ਜਦ ਇੰਨੀ ਜ਼ਿਆਦਾ ਗਰਮੀ ਹੈਗੀ ਤਾਂ ਧਿਆਨ ਰੱਖੋ ਕਿ ਤੁਸੀਂ ਦਿਨ ਦੇ ਟਾਈਮ ਡੋਗ ਨੂੰ ਘਰ ਤੋਂ ਬਾਹਰ ਨਾ ਲੈ ਕੇ ਜਾਓ। ਜੇ ਤੁਸੀਂ ਸੈਰ ਕਰਵਾਉਣੀ ਹੈ ਡੋਗ ਨੂੰ, ਐਕਸਰਸਾਈਜ਼ ਕਰਵਾਉਣੀ ਹੈ, ਜਾਂ ਤਾਂ ਉਹ ਸਵੇਰੇ ਸੂਰਜ ਨਿਕਲਣ ਤੋਂ ਪਹਿਲੇ ਜਾਂ ਸ਼ਾਮ ਨੂੰ ਸੂਰਜ ਡੁੱਬਣ ਦੇ ਬਾਅਦ ਜਾਂ ਠੰਡ ਹੋ ਜਾਂਦੀ ਹੈ ਉਸ ਟਾਈਮ ਕਰਵਾਓ, ਪਹਿਲੀ ਚੀਜ਼ ਇਹ। ਅਤੇ ਤੁਹਾਡਾ ਡੋਗ ਨਾਲ ਫਿਜ਼ੀਕਲ ਐਕਟੀਵਿਟੀ ਜ਼ਿਆਦਾ ਕਰਵਾਉਂਦੇ ਹੋ ਤੁਸੀਂ ਉਹਨੂੰ, ਫਿਰ ਤਾਂ ਠੀਕ ਹੈ ਤੁਸੀਂ ਪ੍ਰੋਟੀਨ ਡਾਈਟ ਦਿਓ। ਬਟ ਜੇ ਤੁਸੀਂ ਕਹੋਗੇ ਕਿ ਤੁਸੀਂ ਕਮਰਸ਼ੀਅਲ ਡਾਈਟ ਵੀ ਦਿਓਗੇ, ਨਾਲ ਡੇਲੀ ਦਾ ਚਿਕਨ ਵੀ ਅੱਧਾ ਕਿਲੋ ਖਿਲਾਓਗੇ, ਐਗਸ ਵੀ ਖਿਲਾਓਗੇ, ਸੋ ਉਹ ਅੱਗੇ ਚੱਲ ਕੇ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰੇਗੀ ਉਹਨੂੰ, ਉਹਦੀ ਕਿਡਨੀਆਂ ਖਰਾਬ ਹੋ ਸਕਦੀਆਂ ਹਨ। ਪੰਜਾਬ ਦੇ ਵਿੱਚ ਪਾਰਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ, ਅਪ੍ਰੈਲ ਮਈ ਦੇ ਮਹੀਨੇ ਦੇ ਵਿੱਚ ਹੀ ਪਾਰਾ 40 ਤੋਂ ਪਾਰ ਹੋ ਗਿਆ ਅਤੇ 45 'ਤੇ ਲੱਗਣ 'ਤੇ ਪਹੁੰਚਿਆ ਹੋਇਆ, ਜਿਸ ਦੇ ਨਾਲ ਆਮ ਜਨਜੀਵਨ ਤਾਂ ਪ੍ਰਭਾਵਿਤ ਹੋਇਆ ਹੀ ਹੈ, ਉੱਥੇ ਹੀ ਜਾਨਵਰਾਂ ਦੇ ਵਿੱਚ ਵੀ ਜਿਹੜੀ ਹੈ ਦਿੱਕਤ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਜਾਨਵਰਾਂ ਦੇ ਨੂੰ ਜ਼ਿਆਦਾ ਗਰਮੀ ਲੱਗਦੀ ਹੈ ਇਨਸਾਨਾਂ ਨਾਲੋਂ, ਉਹਨਾਂ ਦਾ ਬੋਡੀ ਟੈਂਪਰੇਚਰ ਵੀ ਇਨਸਾਨਾਂ ਨਾਲੋਂ ਵੱਧ ਹੁੰਦਾ, ਤਾਂ ਇਸ ਕਰਕੇ ਆਮ ਤੌਰ 'ਤੇ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਜਾਨਵਰ, ਪਾਲਤੂ ਜਾਨਵਰ ਰੱਖੇ ਹੁੰਦੇ ਨੇ, ਡੋਗਸ ਦੇ ਬਹੁਤ ਲੋਕ ਸ਼ੌਕੀਨ ਹੁੰਦੇ ਨੇ ਗਰਮੀਆਂ ਦੇ ਵਿੱਚ, ਪਰ ਡੋਗਸ ਨੂੰ ਦਿੱਕਤਾਂ ਬਹੁਤ ਆਉਂਦੀਆਂ ਨੇ, ਉਹਨਾਂ ਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈ, ਲੂਜ਼ ਮੋਸ਼ਨਸ ਦੀ ਪ੍ਰੋਬਲਮ ਆਉਂਦੀ ਹੈ, ਤਾਂ ਲੋਕ ਖਿਆਲ ਕਿਸ ਤਰ੍ਹਾਂ ਰੱਖਣ ਆਪਣੇ ਘਰੇ ਡੋਗਸ ਦਾ, ਤਾਂ ਇਸ ਗਰਮੀਆਂ ਦੇ ਵਿੱਚ ਉਹ ਬੇਹੱਦ ਜ਼ਰੂਰੀ ਹੈ, ਉਸ 'ਤੇ ਗੱਲਬਾਤ ਕਰਾਂਗੇ। ਅੱਜ ਅਸੀਂ ਲੁਧਿਆਣਾ ਦੇ ਗੁਰੂ ਅੰਗਦ ਦੇ ਵੈਟਨਰੀ ਯੂਨੀਵਰਸਿਟੀ ਦੇ ਹੋਸਪਿਟਲ ਦੇ ਵਿੱਚ ਪਹੁੰਚੇ ਹਾਂ ਅਤੇ ਸਾਡੇ ਨਾਲ ਇੱਥੇ ਡਾਕਟਰ ਰਣਦੀਪ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਹਾਂ। ਸਰ, ਗਰਮੀਆਂ ਦਾ ਪਾਰਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ, ਅਪ੍ਰੈਲ ਮਈ ਦੇ ਮਹੀਨੇ ਦੇ ਵਿੱਚ ਹੀ 40 ਤੋਂ ਪਾਰਾ ਪਾਰ ਹੋ ਗਿਆ, ਅਤੇ ਇਸ ਦੇ ਵਿਚਕਾਰ ਜਿੱਥੇ ਆਮ ਲੋਕਾਂ ਨੂੰ ਤਾਂ ਦਿੱਕਤ ਆਉਂਦੀ ਹੈ, ਜਾਨਵਰਾਂ ਨੂੰ ਕੀ ਦਿੱਕਤ ਆਉਂਦੀ ਹੈ ਜਿਸ ਤਰ੍ਹਾਂ ਗਰਮੀ ਵੱਧਦੀ ਹੈ? ਬਿਲਕੁਲ ਜੀ, ਜਿੱਦਾਂ ਕਿ ਇਨਸਾਨ ਨੂੰ ਵੀ ਬਹੁਤ ਹੀ ਗਰਮੀ 'ਚ ਦਿੱਕਤ ਆਉਂਦੀ ਹੈ, ਬਿਲਕੁਲ ਉਸੇ ਤਰ੍ਹਾਂ ਪਸ਼ੂਆਂ ਨੂੰ ਵੀ ਇਹੀ ਪ੍ਰੋਬਲਮ ਹੈਗੀ। ਜੇ ਖਾਸਕਰ ਅਸੀਂ ਗੱਲ ਕਰੀਏ ਕੁੱਤਿਆਂ ਦੀ, ਸੋ ਅਸੀਂ ਦੇਖ ਸਕਦੇ ਹਾਂ ਕੁੱਤਿਆਂ ਦੇ ਵਾਲ ਹੀ ਨਹੀਂ ਹੁੰਦੇ ਹਨ, ਸੋ ਇੰਨੀ ਫਰ ਹੁੰਦੀ ਹੈ ਤਾਂ ਇਹਨਾਂ ਨੂੰ ਜ਼ਿਆਦਾ ਗਰਮੀ ਲੱਗਦੀ ਹੈ। ਦੂਜੀ ਜੋ ਚੀਜ਼ ਹੈਗੀ ਕਿ ਜਿੱਦਾਂ ਇਨਸਾਨ ਨੂੰ ਪਸੀਨਾ ਆਉਂਦਾ ਗਰਮੀ ਦੇ ਵਿੱਚ, ਸੋ ਕੁੱਤਿਆਂ ਨੂੰ ਪਸੀਨਾ ਨਹੀਂ ਆਉਂਦਾ, ਸੋ ਇਹਨਾਂ ਦੇ ਵਿੱਚ ਕੀ ਹੁੰਦਾ ਕਿ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਹਦੇ ਮੂੰਹ 'ਤੇ ਦੇਖੋ, ਇਹ ਗਰਮੀ ਆਪਣੀ ਪੈਂਟਿੰਗ ਕਹਿੰਦੇ ਆ, ਇਹਨੂੰ ਜੀਵ ਬਾਹਰ ਕੱਢ ਕੇ ਇਹ ਆਪਣੀ ਸਰੀਰ ਦੀ ਗਰਮੀ ਪੈਂਟਿੰਗ ਦੇ ਨਾਲ ਕੱਢਦੇ ਹਨ ਬਾਹਰ। ਠੀਕ ਹੈ ਜੀ, ਸੋ ਇਸ ਲਈ ਇਹਨਾਂ ਨੂੰ ਗਰਮੀ ਜ਼ਿਆਦਾ ਪ੍ਰਭਾਵ ਕਰਦੀ ਆ, ਕਿਉਂਕਿ ਇੱਕ ਤਾਂ ਇਹਨਾਂ ਦੇ ਸਰੀਰ ਦੇ ਉੱਤੇ ਵਾਲ ਇੰਨੇ ਜ਼ਿਆਦਾ ਹੈਗੇ, ਦੂਜੇ ਇਹਨਾਂ 'ਚ ਪਸੀਨਾ ਨਹੀਂ ਹੈਗਾ। ਹਾਂਜੀ ਬਿਲਕੁਲ ਠੀਕ ਹੈ। ਨੋਰਮਲ ਬੋਡੀ ਟੈਂਪਰੇਚਰ ਜਿਵੇਂ ਆਪਣਾ ਕਹਿੰਦੇ ਹਾਂ ਕਿ ਸਾਡਾ 98 ਡਿਗਰੀ ਟੈਂਪਰੇਚਰ ਹੈ, ਉਹ ਨੋਰਮਲ ਹੈ, ਅਤੇ ਡੋਗਸ ਦਾ? ਡੋਗ ਦਾ ਜੀ 101 ਤੋਂ 102.5 ਤੱਕ ਦਾ ਤੁਹਾਡਾ ਜੀ ਨੋਰਮਲ ਰਹਿੰਦਾ, ਰੇਂਜ ਰਹਿੰਦੀ ਹੈ ਡੋਗ ਦੀ ਟੈਂਪਰੇਚਰ ਦੀ। ਸੋ ਇਸ ਮੌਸਮ 'ਚ ਇੰਨੀ ਫਰ ਵਾਲਾ ਡੋਗ 102.5 ਤੋਂ 103 ਵੀ ਚੱਲਦਾ ਹੈ, ਇਤਨਾ ਮਤਲਬ ਨੋਰਮਲ, ਬਟ ਹਾਂ 103 ਤੋਂ ਉੱਤੇ ਜੇ ਹੈ ਤਾਂ ਪ੍ਰੋਬਲਮ ਹੈਗੀ। ਦਿੱਕਤ ਕੀ ਆਉਂਦੀ ਹੈ ਜਦੋਂ ਗਰਮੀ ਲੱਗਦੀ ਹੈ ਡੋਗ ਨੂੰ, ਜਦੋਂ ਸਿਮਟਮਸ ਦੇਣੇ ਸ਼ੁਰੂ ਕਰਦਾ, ਮੇਨ ਦਿੱਕਤ ਕੀ ਆਉਂਦੀ ਹੁੰਦੀ ਹੈ? ਹਾਂਜੀ, ਜੇ ਜ਼ਿਆਦਾ ਗਰਮੀ ਹੈਗੀ ਤੁਹਾਡਾ ਡੋਗ ਉਹਨੂੰ ਕੰਟਰੋਲ ਨਹੀਂ ਕਰ ਪਾ ਰਿਹਾ ਤੁਸੀਂ ਗਰਮੀ 'ਚ, ਅਤੇ ਜੋ ਮੇਨ ਸਿਮਟਮ ਆਏਗਾ ਉਹ ਸਭ ਤੋਂ ਪਹਿਲੇ ਸਿਮਟਮ ਆਏਗਾ ਪੈਂਟਿੰਗ ਦੀ ਪ੍ਰੋਬਲਮ ਰਹੇਗੀ, ਮੂੰਹ ਖੋਲ੍ਹ ਕੇ ਸਾਹ ਲਊਗਾ, ਉਹਨੂੰ ਸਾਹ ਲੈਣਾ ਔਖਾ ਹੋਊਗਾ। ਦੂਜੀ ਚੀਜ਼ ਹੈ ਜੇ ਤੁਸੀਂ ਉਹਨੂੰ ਟਾਈਮ ਸਿਰ ਗਰਮੀ ਤੋਂ ਬਾਹਰ ਨਹੀਂ ਕੱਢਿਆ, ਉਹਨੂੰ ਪ੍ਰੋਪਰ ਪਾਣੀ ਨਹੀਂ ਦਿੱਤਾ ਠੰਡਾ ਪੀਣ ਦੇ ਲਈ, ਸੋ ਉਹ ਜ਼ਿਆਦਾ ਡੀਹਾਈਡਰੇਸ਼ਨ 'ਚ ਆਏਗਾ ਜਿਹਦੇ ਕਰਕੇ ਕਿ ਉਹਨੂੰ ਬੇਹੋਸ਼ ਵੀ ਹੋ ਸਕਦਾ, ਈਵਨ ਕਿ ਦੌਰੇ ਵੀ ਪੈ ਸਕਦੇ ਆ। ਹਾਂਜੀ, ਅਤੇ ਐਕਸਟ੍ਰੀਮ ਕੇਸਿਸ 'ਚ ਜੇ ਤੁਸੀਂ ਟਾਈਮ ਸਿਰ ਉਹਨੂੰ ਟ੍ਰੀਟਮੈਂਟ ਨਹੀਂ ਕੀਤੀ ਤਾਂ ਡੋਗ ਦੀ ਡੈਥ ਵੀ ਹੋ ਸਕਦੀ ਹੈ। ਆਮ ਤੌਰ 'ਤੇ ਗਰਮੀਆਂ ਦੇ ਵਿੱਚ ਕਈ ਵਾਰ ਡੋਗਸ ਖਾਣਾ ਖਾਣਾ ਛੱਡ ਦਿੰਦੇ ਨੇ, ਤਾਂ ਆਪਾਂ ਕਹਿ ਦਿੰਦੇ ਹਾਂ ਕਿ ਗਰਮੀ ਬਹੁਤ ਹੈ ਇੱਥੇ, ਲੋਕਾਂ ਦਾ ਖਾਣ ਨੂੰ ਨਹੀਂ ਮਨ ਕਰਦਾ, ਇਹਨਾਂ ਦਾ ਵੀ ਨਹੀਂ ਕਰਦਾ ਹੋਣਾ, ਪਰ ਅਸਲ ਦੇ ਵਿੱਚ ਉਹ ਦਿੱਕਤ ਕੀ ਹੁੰਦੀ? ਉਹ ਦਿੱਕਤ ਇਹੀ ਹੈ ਜੀ ਕਿ ਆਪਾਂ ਉਹਨੂੰ ਪ੍ਰੋਪਰ ਪਾਣੀ ਨਹੀਂ ਦੇ ਪਾ ਰਹੇ, ਆਪਾਂ ਉਹਨਾਂ ਦਾ ਟੈਂਪਰੇਚਰ ਨਹੀਂ ਮੇਨਟੇਨ ਕਰ ਪਾ ਰਹੇ, ਜੋ ਬਹੁਤ ਜ਼ਰੂਰੀ ਹੈ। ਹਾਂਜੀ,
रखना किस तरह चाहिए गर्मियों के डॉग्स का ख्याल, क्योंकि कई कहते हैं चलो एसी चला के छड़ दो, किवें रखना एक्चुअल किस तरह रखना चाहिए? हाँ जी बिल्कुल, बहुत वधिया क्वेश्चन जी। तुहाडा गर्मियों के सब तो पहली चीज़ जो असी ध्यान रखनी है वो ये है कि आपां देखिया कि लोग कुत्तियां नूं कई बार एक्सरसाइज करन लई लेके जाते हैं, बाहर खेलन लई या चलन लई लेके जाते हैं। सो जब इन्नी ज़्यादा गर्मी हैगी तो ध्यान रखो कि तुसीं दिन के टाइम डॉग नूं घर तो बाहर ना लेके जाओ। जे तुसीं सैर करवानी है डॉग नूं या एक्सरसाइज करवानी है, या तो सवेरे सूरज निकलन तो पहले या शाम नूं सूरज डुबन के बाद जां ठंड हो जाती है उस टाइम करवाओ, पहली चीज़ ये। दूजी चीज़ यह है कि हमेशा गर्मी के समय डॉग के मूँह के अगे हमेशा साफ ठंडा पीन वाला पानी होना चाहिए, ठीक है जी। तीजी चीज़ यह हैगी कि जिते तुसी डॉग नूं रखे, बड़े लोगों ने घर के बाहर ही डॉग हाउस बनाया होंदा है, ठीक है ना, फैशनेबल अजकल डॉग हाउस हट्स बनिया होंदिया ने। सो उन्हां दे विच गर्मी नहीं कंट्रोल होंदी, उल्टी छत होंदी है तो गर्मी ज़्यादा होंदी है। पखे दे नाल डॉग की गर्मी दूर नहीं होएगी, क्योंकि पखा इंसान नूं ठंडा करता है, क्योंकि पसीना सुकदा है तो ठंडक मिलती है, बट कुत्तियां च पसीना आता ही नहीं। सो कुत्तियां दी गर्मी पखे दे नाल नहीं दूर होनी, ठीक है। उहदे लई तुहानू इन्हां नूं ज़्यादा गर्मी है अगर तो तुहानू कोई भी टॉवल हो गया साफ या कपड़ा वो ठंडे पानी दे विच भिगो के इन्हां नूं शरीर ते रखना पैना तुहानू इन्हां नूं, हाँ जी, हर थोड़ी देर दे बाद। डाइट दा किस तरह ख्याल रखिए, क्योंकि आपां आम तौर ते डॉग्स नूं घरे चिकन दिंदे आ, मटन दिंदे आ, एग्स दिंदे आ, गर्मियां दे विच वी की वो बेनीफिशियल रहिंदा डॉग लई कि डाइट चेंज करनी चाहिए? बिल्कुल जी, बहुत वधिया सवाल तुहाडा ए। इह चीज़ दा ध्यान रखो, हमेशा डॉग दी डाइट डिपेंड करेगी उहदी एक्टिविटी ते। जिदा इंसान की एक्टिविटी तो असं कहते हैं कि अगर इंसान कोई एक्सरसाइज करता है तो उन्नी ज़्यादा प्रोटीन खाता है, ठीक है। इदा तो नॉर्मल इंसान जो एक्सरसाइज नहीं करता, वेट लिफ्टिंग नहीं करता, जो स्पोर्ट परसन नहीं है वो इन्नी प्रोटीन नहीं नॉर्मल डाइट खाता हो। सो उही चीज़ डॉग के लिए भी है, जे तो डॉग नॉर् फिजिकल एक्टिविटी ज़्यादा करवा दौ तुम उन्होंने फिर तो ठीक है, तुम प्रोटीन डाइट दो। बट जे तुम कहोगे कि तुम कमर्शियल डाइट भी दोगे, नाल डेली का चिकन भी आधा किलो खिलाओगे, एग्स भी खिलाओगे, सो वो अगे चल के बहुत ज़्यादा प्रॉब्लम क्रिएट करेगी, उन्होंने किडनियाँ खराब हो सकदियां, प्लस गर्मी के मौके इन्नी ज़्यादा प्रोटीन खा के डॉग नूं वैसे भी एनोरेक्सिया हो जाना, उन्हें खाना नहीं है। हाँ जी, आम तौर जिस तरह पंछी उड़ते होंगे ने तो आप कहने हुए कि बहुत एडवाइजरीज भी सरकार समय समय से जारी करती है कि उन्हों का भी ख्याल रखो, उन्होंने भी हाइड्रेटेड रखो। आप पंछियों के वास्ते आप कर सकते हैं, क्योंकि आम तौर पर हम असं पंछियों को फट फट के तो पानी पिया नहीं सकते, उन्होंने वास्ते असं की नोबल कॉज के तौर पर असं कर सकते? बहुत ही वधिया सवाल है तुहाडा। असी पंछियों के लिए देखो जी, तो बिल्कुल सही गल है कि आप फट फट के तो लिया नहीं सकते, पर आप यह गल कर सकते हैं कि अपने घर के छत से किसी छां वाली जगह पर कोई कटोरी रख सकते हैं, जिद पानी पा के अपना हर दो घंटे बाद पानी चेंज कर दी उस, या अपने गेट के बाहर जो द्वार है उत्थे भी रख सकते हैं। ईवन कि असं ये भी रिकमेंड करते हैं कि साढ़े को स्ट्रीट डॉग भी बहुत है, स्ट्रे डॉग्स है, उन्होंने भी पानी नहीं मिलता। सो तुसी छत ते तो रखो ही पंछियों के लिए, बट घर के बाहर सड़क पर किधर साइड पर तुसी कोई बर्तन रखो जिद पानी पाओ, जिद करके जिद कुत्ते भी थोड़ा बिल्लियाँ हो गई, कुत्ते हो गए, स्ट्रे एनीमल हो गए, वो भी पानी पी सकन। कुछ पॉइंट्स उन्होंने लोगों वास्ते ताकि वो गर्मियों के अपने डॉग्स का वधिया तरीके ख्याल रख सक? एक सब तो मेन पॉइंट है जी, वो ये है कि अजकल कारां सारियां कोल हैगियां, ते लोकी बड़ी बार देखिया असी कि कार दे अंदर कुत्ता रख के ते कार बंद करके बाहर चले जाते हैं। सो यह बहुत बड़ा ब्लंडर हैगा, एक जे दो तीन मिनट कुत्ता तुहाडा इन्नी गर्मी दे विच शीशे बंद च अंदर रह गया कार दे, ते वो टेंपरेचर 100 तो भी उत्ते चले जाता कार का, तो वो उसी टाइम उहदी दो तीन चार मिनट च डैथ हो जानी है डॉग की। सो मेक श्योर कि तुसी यह गलती कदे ना करो, हमेशा जे तो आप कार दे अंदर बैठे हो तो डॉग नूं अंदर रखो, जे नहीं तो डॉग नूं कदे शीशे खुले छड़ के भी अंदर नहीं जाना, कार दे अंदर रखना ही नहीं है जब तक तुसी आप अंदर नहीं हो डॉग जी। बिल्कुल, बहुत वधिया गल कीती है इन्होंने, तो दस्सिया कि गर्मियों के किस तरह अपने डॉग्स का ख्याल रखना है। तो वधेरे अपडेट्स से सानू जुड़े रहो, कैमरामैन सतवंत मठाड़ू ते नाल सरमजीत सिंह पल्ला लुधियाणा।